ਬੱਚੇ ਦਾ ਪਾਲਣ ਪੋਸ਼ਣ ਤਾਂ ਕਰ ਰਹੇ ਆਪਣੇ ਵੱਲੋਂ, ਪਰ ਆਪਰੇਸ਼ਨ ਨਹੀਂ ਸੀ ਕਰਵਾ ਪਾ ਰਹੇ। ਬਹੁਤ ਤਕਲੀਫ ਸੀਗਾ ਬੱਚਾ, ਹਰਨੀਆਂ ਦੀ ਪ੍ਰੋਬਲਮ, ਜਦੋਂ ਵਾਸ਼ਰੂਮ ਆਉਂਦਾ ਸੀ ਦਰਦ ਹੁੰਦਾ ਸੀ ਬਹੁਤ ਜ਼ਿਆਦਾ। ਧੰਨਵਾਦ ਉਹਨਾਂ ਭੈਣਾਂ ਭਰਾਵਾਂ ਦਾ ਜਿਨ੍ਹਾਂ ਨੇ ਬੱਚੇ ਦਾ ਆਪਰੇਸ਼ਨ ਕਰਵਾਇਆ। ਸਤਿ ਸ਼੍ਰੀ ਅਕਾਲ ਭੈਣ, ਹੋਰ ਠੀਕ ਠਾਕ ਹੋ? ਹੋ ਗਿਆ ਆਪਰੇਸ਼ਨ ਇਹਦਾ? ਗੁਰਸ਼ਰਨ, ਓਏ ਗੁਰਸ਼ਰਨ, ਓਏ ਗੁਰਸ਼ਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਨਿੱਕਾ ਜਿਹਾ ਨੰਨਾ ਮੁੰਨਾ ਸਾਡਾ ਗੁਰਸ਼ਰਨ ਸਿੰਘ, ਬਹੁਤ ਤਕਲੀਫ ਸੀਗਾ ਬੱਚਾ, ਹਰਨੀਆਂ ਦੀ ਪ੍ਰੋਬਲਮ ਸੀ, ਅਤੇ ਮਾਂ ਬਾਪ ਮਜ਼ਦੂਰੀ ਕਰਦੇ ਆ, ਮਜ਼ਦੂਰੀ ਦੇ ਨਾਲ ਬੱਚੇ ਦਾ ਪਾਲਣ ਪੋਸ਼ਣ ਤਾਂ ਕਰ ਰਹੇ ਆਪਣੇ ਵੱਲੋਂ, ਪਰ ਆਪਰੇਸ਼ਨ ਨਹੀਂ ਸੀ ਕਰਵਾ ਪਾ ਰਹੇ, ਅਤੇ ਇਹਦੇ ਟੈਸਟੀਕਲ ਦਾ ਸਾਈਜ਼ ਬਹੁਤ ਜ਼ਿਆਦਾ ਵਧਿਆ ਹੋਇਆ ਸੀ, ਜਦੋਂ ਵਾਸ਼ਰੂਮ ਆਉਂਦਾ ਸੀ ਦਰਦ ਹੁੰਦਾ ਸੀ ਬਹੁਤ ਜ਼ਿਆਦਾ, ਅਤੇ ਪਰ ਤੁਹਾਡੀਆਂ ਦੁਆਵਾਂ ਨਾਲ, ਅਰਦਾਸਾਂ ਨਾਲ ਹੁਣ ਗੁਰਸ਼ਰਨ ਠੀਕ ਆ। ਗੁਰਸ਼ਰਨ ਦਾ ਆਪਰੇਸ਼ਨ ਹੋ ਗਿਆ ਵਾ, ਅਤੇ ਗੁਰਸ਼ਰਨ ਦੀ ਮਾਂ ਧੰਨਵਾਦ ਕਰ ਰਹੀ ਆ, ਅਤੇ ਤੁਸੀਂ ਦਾਦੀ ਜੀ ਹੋ ਅਤੇ ਦਾਦੀ, ਵਾਹਿਗੁਰੂ ਕਿਰਪਾ ਕਰੇ, ਬਸ ਰੋਣਾ ਨਹੀਂ ਭੈਣੇ। ਧੰਨਵਾਦ ਉਹਨਾਂ ਭੈਣਾਂ ਭਰਾਵਾਂ ਦਾ ਜਿਨ੍ਹਾਂ ਨੇ ਬੱਚੇ ਦਾ ਆਪਰੇਸ਼ਨ ਕਰਵਾਇਆ, ਹੈ ਨਾ। ਕੋਈ ਬੇਨਤੀ, ਬਸ ਅਰਦਾਸ ਕਰਿਓ ਬੱਚੇ ਦਾ ਚੰਗਾ ਭਵਿੱਖ ਬਣ ਸਕੇ, ਚੰਗੀ ਪਰਵਰਿਸ਼ ਹੋ ਸਕੇ, ਮਾਂ ਬਾਪ ਆਪਣੇ ਬੱਚੇ ਦੇ ਉਹ ਸਾਰੇ ਸੁਪਨੇ ਪੂਰੇ ਕਰ ਸਕਣ, ਅਤੇ ਬੱਚਾ ਵੱਡਾ ਹੋ ਕੇ ਮਾਂ ਬਾਪ ਦੇ ਸੁਪਨੇ ਪੂਰੇ ਕਰ ਸਕੇ। ਗੁਰਸ਼ਰਨ ਸਿੰਘ ਵਾਸਤੇ ਜ਼ਰੂਰ ਸਾਰੇ ਅਰਦਾਸ ਕਰੇ, ਅਤੇ ਸ਼ੁਕਰੀਆ ਤੁਹਾਡਾ ਭੈਣਾਂ ਭਰਾਵਾਂ ਦਾ ਜਿਨ੍ਹਾਂ ਨੇ ਇਸ ਬੱਚੇ ਦੀ ਉਸ ਤਕਲੀਫ ਨੂੰ ਦੇਖਦਿਆਂ ਇਹਦਾ ਆਪਰੇਸ਼ਨ ਕਰਾਉਣ ਦੇ ਵਿੱਚ ਸਾਥ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਮਿਹਰ ਕਰ, ਰੋਣਾ ਨਹੀਂ ਪੁੱਤ।